ਪਿਛਲੇ ਦਿਨੀ ਪੰਜਾਬ ਮੈਡੀਕਲ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਤਸੱਲੀ ਬਖਸ਼ਤਾ ਨਾ ਪਾਏ ਜਾਣ ਕਰਕੇ ਪਰਵੀਨ ਡੰਗ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ADC ਲੁਧਿਆਣਾ ਇਕਬਾਲ ਸਿੰਘ ਨੂੰ ਦਿੱਤਾ ਗਿਆ ਜਿਸ ਵਿੱਚ ਇਹ ਮੰਗ ਕੀਤੀ ਗਈ ਕਿ PMC ਐਕਟ ਦੇ ਵਿੱਚ ਸੋਧ ਕਰਕੇ ਬਣਾਏ ਜਾਣ ਵਾਲੇ 3 ਮੈਂਬਰੀ ਬੋਰਡ ਵਿੱਚ ਇੱਕ ਡਾਕਟਰ, ਇੱਕ ਸਰਕਾਰੀ ਅਫਸਰ ਤੇ ਤੀਜਾ ਕੋਈ ਵੀ ਸਮਾਜ ਸੇਵੀ ਨਿਯੁਕਤ ਕੀਤਾ ਜਾਵੇ ਤਾਂ ਜੋ ਨਿਰਪੱਖ ਤਰੀਕੇ ਨਾਲ ਇਨਸਾਫ ਦੀ ਮੰਗ ਕਰ ਰਹੇ ਲੋਕਾਂ ਨੂੰ ਇਨਸਾਫ ਮਿਲ ਸਕੇ। ਪਿਛਲੇ ਦਿਨੀ ਪੰਜਾਬ ਮੈਡੀਕਲ ਕੌਂਸਲ ਦੇ ਚੋਣਾਂ ਹੋਏ ਨੇ, ਉਹਨਾਂ ਡਾਕਟਰਾਂ ਦਾ ਚੋਣਾਂ ਡਾਕਟਰਾਂ ਨੇ ਕੀਤਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਅਗਰ ਕਿਸੇ ਮਰੀਜ਼ ਨੂੰ ਕਿਸੇ ਡਾਕਟਰ ਪ੍ਰਤੀ ਸ਼ਿਕਾਇਤ ਆ ਉੱਥੇ ਬੈਠ ਕੇ ਸ਼ਿਕਾਇਤ ਸੁਣ ਕੇ ਇਨਸਾਫ ਦੇਣਾ। ਸਾਡਾ ਇਹ ਮੰਨਣਾ ਹੈ ਕਿ ਜਿਹਦੇ ਖਿਲਾਫ ਸ਼ਿਕਾਇਤ ਹੈ ਅਗਰ ਉਹੀ ਜੱਜ ਦੀ ਕੁਰਸੀ 'ਤੇ ਬੈਠਾ ਹੋਏਗਾ ਤਾਂ ਇਨਸਾਫ ਗਰੀਬ ਆਦਮੀ ਨੂੰ ਨਹੀਂ ਮਿਲੇਗਾ। ਪਿਛਲਾ ਇਤਿਹਾਸ ਵੀ ਪੰਜਾਬ ਮੈਡੀਕਲ ਕੌਂਸਲ ਦਾ ਅਗਰ ਖੋਲ੍ਹ ਕੇ ਦੇਖਿਆ ਜਾਵੇ ਉੱਥੇ ਜਿੰਨੇ ਵੀ ਕੇਸ ਜਾਂਦੇ ਨੇ ਉੱਥੇ ਦੁਖੀ ਆ ਕੇ ਪੀੜਿਤ ਜਿਹੜੇ ਨੇ ਆਪਣੀ ਸ਼ਿਕਾਇਤਾਂ ਵਾਪਸ ਲੈ ਲੈਂਦੇ ਨੇ, ਉੱਥੇ ਉਹਨਾਂ ਨੂੰ ਤਰੀਕਾਂ 'ਤੇ ਤਰੀਕਾਂ ਮਿਲਦੀਆਂ ਨੇ, ਇਨਸਾਫ ਨਹੀਂ ਮਿਲਦਾ। ਅਸੀਂ ਅੱਜ ਮੰਗ ਇਹ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ PMC ਐਕਟ ਦੇ ਵਿੱਚ ਸੰਸ਼ੋਧਨ ਕਰਕੇ ਜਿਹੜਾ ਉੱਥੇ ਬੋਰਡ ਬਣਦਾ PMC 'ਚ ਇਨਸਾਫ ਦੇਣ ਲਈ, ਉਹ 3 ਮੈਂਬਰੀ ਬੋਰਡ ਹੋਣਾ ਚਾਹੀਦਾ, ਇੱਕ ਡਾਕਟਰ, ਦੂਸਰਾ ਸਰਕਾਰੀ ਅਫਸਰ, ਤੀਸਰਾ ਸਮਾਜਿਕ ਕਾਰਿਆਕਰਤਾ, ਤਾਂ ਕਿ ਨਿਰਪੱਖ ਤਰੀਕੇ ਨਾਲ ਜਿਹੜੇ ਲੋਕ ਇਨਸਾਫ ਦੀ ਮੰਗ ਕਰਦੇ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ। ਜੈ ਹਿੰਦ, ਜੈ ਭਾਰਤ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।